ਗਲੀ 'ਚ ਧੁੱਪ ਸੇਕ ਰਹੀ ਬਜ਼ੁਰਗ 'ਤੇ ਟੁੱਟ ਕੇ ਪੈ ਗਿਆ ਗੁਆਂਢੀਆਂ ਦਾ ਪਾਲਤੂ ਕੁੱਤਾ। ਇੱਕ ਸ਼ਖਸ ਜਦ ਮਦਦ ਕਰਨ ਆਇਆ ਇਸ ਬਜ਼ੁਰਗ ਦੀ ਤਾਂ ਉਸ 'ਤੇ ਵੀ 19 ਜਗ੍ਹਾ 'ਤੇ ਮਾਰੇ ਦੰਦ। ICU ਦੇ ਵਿੱਚ ਮਹਿਲਾ ਭਰਤੀ ਹੈ ਇਸ ਵੇਲੇ ਤਾਂ ਵੱਡੀ ਖਬਰ ਹੈ। ਗੁਆਂਢੀਆਂ ਦਾ ਪਾਲਤੂ ਕੁੱਤਾ ਜਿਸਨੇ ਧੁੱਪ ਸੇਕ ਰਹੀ ਇੱਕ ਬਜ਼ੁਰਗ ਮਹਿਲਾ 'ਤੇ ਹਮਲਾ ਕਰ ਦਿੱਤਾ। ਬਜ਼ੁਰਗ ਗਲੀ ਦੇ ਵਿੱਚ ਬੈਠ ਕੇ ਧੁੱਪ ਸੇਕ ਰਹੀ ਸੀ ਤਾਂ ਅਚਾਨਕ ਰੱਸੀ ਖੋਲ੍ਹ ਕੇ ਇਹ ਜਿਹੜਾ ਕੁੱਤਾ ਹੈ ਤਸਵੀਰਾਂ ਦੇ ਵਿੱਚ ਦਿਖ ਰਿਹਾ, ਇਹ ਟੁੱਟ ਕੇ ਉਸ ਮਹਿਲਾ ਨੂੰ ਪੈ ਗਿਆ, ਜਿਸ ਤੋਂ ਬਾਅਦ ਮਹਿਲਾ ਦੇ ਇਸਨੇ 19 ਥਾਵਾਂ 'ਤੇ ਦੰਦ ਮਾਰੇ, ਜਿਸ ਤੋਂ ਬਾਅਦ ਮਹਿਲਾ ਜ਼ੋਰ ਜ਼ੋਰ ਦੀ ਚਿਲਾਉਣ ਲੱਗੀ। ਇੱਕ ਗੁਆਂਢੀ ਜੋ ਕਿ ਸ਼ਖਸ ਸੀ ਉਹ ਬਜ਼ੁਰਗ ਦੀ ਮਦਦ ਕਰਨ ਦੇ ਲਈ ਅੱਗੇ ਵਧਿਆ ਅਤੇ ਕੁੱਤੇ ਨੇ ਉਸ ਨੂੰ ਵੀ ਨਹੀਂ ਛੱਡਿਆ। ਕੁੱਤੇ ਨੇ ਉਸਦੇ ਵੀ ਕਈ ਥਾਵਾਂ 'ਤੇ ਦੰਦ ਮਾਰੇ, ਜਿਸ ਤੋਂ ਬਾਅਦ ਕੁੱਤੇ ਦੇ ਮਾਲਕ ਨੂੰ ਬੁਲਾਇਆ ਗਿਆ। ਜਦ ਮਾਲਕ ਆਉਂਦਾ ਹੈ ਤਾਂ ਕੁੱਤਾ ਸ਼ਾਂਤ ਹੋ ਜਾਂਦਾ ਹੈ, ਪਰ ਉਸ ਵੇਲੇ ਤੱਕ ਕਾਫੀ ਦੇਰ ਹੋ ਜਾਂਦੀ ਹੈ। ਮਹਿਲਾ ਦੇ 19 ਥਾਵਾਂ 'ਤੇ ਦੰਦ ਵੱਜਣ ਦੇ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਅਤੇ ਉਸਨੂੰ ਹੁਣ ICU ਦੇ ਵਿੱਚ ਭਰਤੀ ਕੀਤਾ ਗਿਆ ਹੈ, ਕਰਨਾਲ ਰੈਫਰ ਕਰ ਦਿੱਤਾ ਗਿਆ ਹੈ। ਵੱਡੀ ਖਬਰ ਹੈ ਇਸ ਵੇਲੇ ਦੀ, ਪਾਣੀਪਤ ਤੋਂ ਸਾਹਮਣੇ ਆ ਰਹੀ ਹੈ, ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਤੇ ਇੱਕ ਕੁੱਤੇ ਨੇ ਇੱਕ ਬਜ਼ੁਰਗ ਮਹਿਲਾ ਅਤੇ ਇੱਕ ਸ਼ਖਸ 'ਤੇ ਹਮਲਾ ਕਰ ਦਿੱਤਾ, ਦੰਦ ਮਾਰ ਮਾਰ ਕੇ ਲਹੂ ਲੁਹਾਨ ਕਰ ਦਿੱਤੇ ਦੋ ਲੋਕ, ਤਾਂ ਹੁਣ ਇਸ ਦੀ ਜ਼ਿੰਮੇਵਾਰੀ ਕੌਣ ਲਏਗਾ? ਦੇਖ ਸਕਦੇ ਹੋ ਕੁੱਤੇ ਦੇ ਦੰਦ ਮਾਰਨ ਤੋਂ ਬਾਅਦ ਕੁੱਤੇ ਦੇ ਮਾਲਕ ਇਹਨਾਂ ਬਜ਼ੁਰਗ ਅਤੇ ਹੋਰ ਲੋਕਾਂ ਦੇ ਨਾਲ ਕਿਵੇਂ ਬਹਿਸਬਾਜ਼ੀ ਕਰ ਰਹੇ ਨੇ। ਉਹ ਆਪਣੀ ਗਲਤੀ ਮੰਨਣ ਦੀ ਬਜਾਏ ਉਹਨਾਂ ਦੀ ਹੀ ਗਲਤੀ ਕੱਢ ਰਹੇ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪਾਣੀਪਤ ਸ਼ਹਿਰ ਦੇ ਸਿਧਾਰਥ ਨਗਰ ਦੀਆਂ, ਜਿੱਥੇ ਪਾਲਤੂ ਕੁੱਤੇ ਦਾ ਆਤੰਕ ਦੇਖਣ ਨੂੰ ਮਿਲਿਆ ਹੈ। ਇੱਕ ਮਹਿਲਾ ਜੋ ਕਿ 70 ਸਾਲਾਂ ਦੀ ਸੀ ਆਪਣੇ ਘਰ ਦੇ ਬਾਹਰ ਕੁਰਸੀ ਡਾਹ ਕੇ ਧੁੱਪ ਸੇਕ ਰਹੀ ਸੀ ਤਾਂ ਗੁਆਂਢੀਆਂ ਦੇ ਘਰੋਂ ਕੁੱਤਾ ਨਿਕਲ ਕੇ ਸਿੱਧਾ ਇਸ 70 ਸਾਲਾਂ ਦੀ ਬਜ਼ੁਰਗ 'ਤੇ ਟੁੱਟ ਪੈਂਦਾ ਹੈ, ਉਸਦੀ ਗਰਦਨ 'ਤੇ ਆਪਣੇ ਦੰਦ ਮਾਰਦਾ ਹੈ, ਕੁਰਸੀ ਤੋਂ ਹੇਠਾਂ ਗਿਰਾ ਦਿੰਦਾ ਹੈ, ਅਲੱਗ ਅਲੱਗ ਹਿੱਸਿਆਂ 'ਤੇ ਦੰਦ ਮਾਰਦਾ ਹੈ। ਸੋਚ ਸਕਦੇ ਹੋ ਤੁਸੀਂ ਕਿ ਇਸ ਕੁੱਤੇ ਨੇ ਉਸ ਮਹਿਲਾ ਨੂੰ ਧੋਣ ਤੋਂ ਫੜ ਲਿਆ, ਉਸਦੀ ਧੋਣ ਤੋਂ ਆਪਣੇ ਦੰਦਾਂ ਦੇ ਨਾਲ ਜਕੜ ਲਿਆ, ਜਿਸ ਤੋਂ ਬਾਅਦ ਉਸਦੇ 19 ਥਾਵਾਂ 'ਤੇ ਦੰਦ ਵੱਜੇ ਨੇ ਅਤੇ ਹੁਣ ICU ਦੇ ਵਿੱਚ ਹੈ ਮਹਿਲਾ। ਆਓ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਜਾਣਦੇ। ਖੜੇ ਥੇ ਤੋ ਦਾਦੀ ਬਾਹਰ ਗਾਲ ਮੇ ਬੈਠੀ ਥੀ, ਮਤਲਬ ਜੋ ਪੜੋਸੀ ਹਮਾਰੇ, ਤੋ ਉਹ ਕੁਰਸੀ ਪੇ ਬੈਠੀ ਥੀ, ਤੋ ਜੈਸੇ ਉਹ ਕੁੱਤਾ ਆਇਆ ਨਾ, ਤੋ ਆਤੇ ਉਸਕੀ ਗਰਦਨ ਪੇ ਅਟੈਕ ਕਰ ਦਿਆ ਦਾਦੀ ਨੇ, ਤੋ ਇਤਨੇ ਫਿਰ ਮੇਰੇ ਪਾਪਾ ਭਾਗ ਕੇ ਗਏ, ਫਿਰ ਉਨਕੀ ਬਾਜੂ ਪੇ ਵੀ ਅਟੈਕ ਕਰ ਦਿਆ, ਇਤਨੇ ਮੈਂ ਗਏ ਤੋ ਜਿਨਕਾ ਉਹ ਕੁੱਤਾ ਇਤਨੇ ਮੈਂ ਉਹ ਆ ਲਿਆ, ਉਹਨੇ ਉਸਕੋ ਪਕੜ ਲਿਆ, ਤੋ ਮਤਲਬ ਯਹਾਂ ਗਰਦਨ ਪੇ, ਤੋ ਪਤਾ ਨਹੀਂ ਕੌਣ ਸੀ ਨਸਲ ਕਾ, ਅਲੱਗ ਨਸਲ ਕਾ ਕੋਈ ਕੁੱਤਾ, ਵੀਡੀਓ ਹੈ ਹਾਂ ਮੇਰੇ ਪਾਸ। ਕੌਣ ਸੀ ਕਲੋਨੀ ਕਾ ਮਾਮਲਾ ਹੈ? ਇਹ ਸਿਧਾਰਥ ਨਗਰ ਕਾ ਗਲੀ ਨੰਬਰ 6 ਕਾ। ਕਿਸ ਟਾਈਮ ਗਏ? ਇਹ ਅਭੀ ਹੋਇਆ 1 ਘੰਟੇ ਪਹਿਲੇ। ਤੋ ਜੋ ਦੂਸਰੇ ਜਿਨਕਾ ਕੁੱਤਾ ਹੈ ਵੋ ਕਿਆ ਕਹਿ ਰਹੇ ਹੈ ਇਸ ਬਾਰੇ ਮੇਂ? ਵੋ ਉਸ ਟਾਈਮ ਤੋ ਕੁੱਤੇ ਕੋ ਪਕੜ ਲਿਆ ਤੋ ਬਈ ਇਨਕੋ ਲੇਤੇ ਹੀ ਆ ਗਿਆ, ਤੋ ਅਭੀ ਤੱਕ ਉਨਕੀ ਮਤਲਬ ਕੋਈ ਫੈਸਲਾ ਨਹੀਂ ਹੈ, ਤੋ ਕਰਾ ਲਿਆ ਤੋ ਕੱਟ ਚੁਕਾ ਗਲੀ ਮੇਂ ਕਿਸੀ ਕੋ ਨਹੀਂ, ਪਹਿਲੇ ਤੋ ਐਸਾ ਦੇਖਾ ਨਹੀਂ ਹੈ, ਬਾਕੀ ਐਸਾ ਕੁੱਤਾ ਕਲੋਨੀ ਮੇਂ ਰੱਖਣਾ ਨਹੀਂ ਚਾਹੀਏ, ਬੱਚਾ ਬੁੱਚਾ ਹੋ ਤੋ। ਕਾਫੀ ਜਗ੍ਹਾ ਕੱਟ ਲਈ ਹੈ? ਹਾਂ ਮਤਲਬ ਗਰਦਨ ਯਹਾਂ ਪੇ, ਮੂੰਹ ਪੇ, ਗਰਦਨ ਪੇ, ਔਰ ਹੱਥ ਪੇ। ਅੱਛਾ। ਹਾਂ ਯਹਾਂ ਕੋ ਸਾਰੇ ਵੋ ਨਿਸ਼ਾਨ ਹੈ, ਮਤਲਬ ਦਾਂਤ ਕੱਟ। ਜ਼ਮੀਨ ਪੇ ਬਤਾ ਦੇ ਲਿਟਾ ਦਿਆ ਥਾ ਕੁੱਤੇ ਨੇ? ਹਾਂ ਕੁਰਸੀ ਸੇ ਨੀਚੇ ਗਿਰਾ ਦੀ ਥੀ, ਮਤਲਬ ਗਰਦਨ ਪੇ ਅਟੈਕ ਕਰਕੇ ਔਰ ਐਸੇ ਜਗ ਮਤਲਬ ਘੁਮੋੜ ਦਿਆ ਥਾ ਪਕੜ ਕੇ। ਅੱਛਾ। ਤੋ ਆਪਕੇ ਫਾਦਰ ਆਏ? ਹਾਂ ਸਾਥ ਮੈਂ, ਮੇਰੇ ਪਾਪਾ ਨੇ ਤੋ ਬਚਾਉ ਕੀਆ, ਮਤਲਬ ਪੜੋਸੀ ਹੈ ਦਾਦੀ ਹੈ, ਤੋ ਉਨਕੇ ਬਚਾਉ ਕੇ ਲੀਏ ਗਿਆ, ਤੋ ਉਨਕੇ ਹੱਥ ਪੇ ਮਤਲਬ ਉਹ ਕਰ ਦਿਆ, ਉਹਨਾਂ ਨੇ ਫਿਰ ਪੱਟਾ ਪਕੜ ਲਿਆ ਤੇ ਮੈਂ ਉਹ ਕੁੱਤੇ ਵਾਲੇ ਆ ਗਏ। ਜਿਨਕਾ ਕੁੱਤਾ ਕਿਆ ਨਾਮ ਹੈ ਆਪਕੇ ਫਾਦਰ ਦਾ? ਬਾਨਾ ਰੋਡ। ਔਰ ਆਪਕਾ? ਅਸ਼ੋਕ ਕੁਮਾਰ।